संस्कार योग्य धन धन साहिब श्री गुरु ग्रंथ साहब महाराज जी की पावन पवित्र गोद विच जुड़ बैठे गुरु प्यारी गुरु सवारी सत्संग जीओ आओ सब तो पहला सारे मिलके धन गुरु ग्रंथ साहब महाराज के चरणों के हाजिरी लवाइए रसना पवित्र करिए दोवें हाथ जोड़ के साहिब श्री गुरु ग्रंथ साहब जी के शीश झुका के सारे फतेह की सांझ पाइए गज के आखो जी वाहेगुरु जी का खालसा वाहेगुरु जी की फतेह। सतगुरु सच्चे पातशाह की कृपा हुई जो नवा साल 2024 चढ़न जा रहा है ते सतगुरां दी कृपा दे नाल इस सुभागे समय दे उत्ते असीं सारे मिल के बैठे हाँ। इस तो उपर कोई कर्म नहीं कि जदों कोई भी शुरुआत हुंदी है किसी कार्य की किसी खास समय की तो उस अकाल पुरख का नाम जपते हुए असीं उहदी आराधना करिए। सो आओ जितना समा हुक्म होया है दस रहा तकरीबन 11 बजे तक एक तरह ही दस रहे आप जी की सेवा करनी है। आशीष बख्शो तो जितना हो सके कोशिश करिए सारे मिल के गाइए असी सारे रल के कीर्तन करिए मनोवृत्तियां करो एकागर तो आओ सारे धन गुरु ग्रंथ साहब महाराज के चरणों के मिल के हाजिरी लवाइए जी।
Oh,
सुहागनी
مُكْيُو جَلْ هُوِي هَي
Thank you.
ਦੋ ਤਿੰਨ ਮਿੰਟ ਦਾ ਸਮਾਂ ਬਾਕੀ ਹੈ ਤਾਂ ਸਾਰੇ ਰਲ ਕੇ ਜਿਹੜੇ ਦਿਹਾੜੇ ਲੰਘੇ ਨੇ ਉਸ ਯਾਦ ਨੂੰ ਤਾਜ਼ਾ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਜਦੋਂ ਸਰਬੰਸ ਵਾਰ ਕੇ ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਨੇ ਅਤੇ ਉੱਥੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਕੋਈ ਦੁੱਖੜੇ ਨਹੀਂ ਰੋਏ ਇੱਕੋ ਇੱਕ ਪੀਰ ਪੈਗੰਬਰ ਇੱਕੋ ਇੱਕ ਸਮੇਂ ਦਾ ਅਵਤਾਰ ਐਸਾ ਹੋਇਆ ਜਿਹਨੇ ਸਰਬੰਸ ਵਾਰ ਕੇ ਵੀ ਕੋਈ ਦੁੱਖ ਨਹੀਂ ਪ੍ਰਗਟ ਕੀਤਾ ਉਸ ਅਕਾਲ ਪੁਰਖ ਦਾ ਸਿਰਫ ਇੱਕੋ ਇੱਕ ਸ਼ੁਕਰਾਨਾ ਕੀਤਾ ਹੈ ਸੋ ਆਓ ਜੋ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਹੀਤਾਂ ਦਾ ਕਹਿਣਾ ਸੋ ਆਖਰੀ ਸ਼ਬਦ ਦੀ ਹਾਜ਼ਰੀ ਹੈ ਉਸ ਤੋਂ ਬਾਅਦ ਸਮਾਪਤੀ ਹੈ ਬੇਨਤੀ ਹੈ ਸਾਰੇ ਮਨੋਦਰਤੀਆਂ ਨੂੰ ਇਕਾਗਰ ਕਰੀਏ ਸਾਰੇ ਪਹੁੰਚੀਏ ਉੱਥੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਖਿਆਲ ਦੀ ਰਚਨਾ ਕੀਤੀ ਉਸ ਅਕਾਲ ਪੁਰਖ ਨੂੰ ਸ਼ੁਕਰਾਨਾ ਕਰਦੇ ਹੋਏ ਸੱਚੇ ਪਾਤਸ਼ਾਹ ਨੇ ਕਿਹਾ ਤੁਧ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਕਿ ਮੈਨੂੰ ਹੇ ਸੱਚੇ ਪਾਤਸ਼ਾਹ ਤੂੰ ਨਾ ਵਿਸਰੇ ਜੋ ਕੁਝ ਹੋਇਆ ਸਾਰਾ ਤੇਰਾ ਭਾਣਾ ਹੈ ਤੋ ਆਓ ਸਿਰਫ ਦੋ ਤਿੰਨ ਮਿੰਟ ਦਾ ਸਮਾਂ ਬਾਕੀ ਹੈ ਸਾਰੇ ਕਰਿਓ ਕਿਰਪਾ
ਬਿਆੰਤ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਯੋਗ ਹੈ ਪੁੱਲਾਂ ਚੁੱਕਾਂ ਤੋਂ ਬਖਸ਼ ਲੈਣਾ ਜੀ ਸਤਿਗੁਰਾਂ ਅੱਗੇ ਅਰਦਾਸ ਹੈ ਦੋਵੇਂ ਹੱਥ ਜੋੜ ਕੇ ਅਰਜ਼ੋਈ ਹੈ ਬੇਨਤ ਹੈ ਸੱਚੇ ਪਾਤਸ਼ਾਹ ਅੱਗੇ ਕਿ ਆਉਣ ਵਾਲਾ ਇਹ ਜਿਹੜਾ ਨਵਾਂ ਸਾਲ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀ ਸੰਗਤ ਲਈ ਸਾਰੀ ਲੁਕਾਈ ਲਈ ਸੁੱਖ ਹੰਡਾਉਣਾ ਕਰਨ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਦੇ ਵਿੱਚ ਪਿਆਰ ਇਤਫਾਕ ਬਖਸ਼ਣ ਨਾਮ ਬਾਣੀ ਦੇ ਪੈਰੇ ਬਖਸ਼ਣ ਗੁਰਮਤ ਬਖਸ਼ਣ ਗੁਰਸਿੱਖੀ ਬਖਸ਼ਣ ਸੁਭਾਅ ਇੱਥੇ ਸਮਾਪਤੀ ਹੈ ਪੌੜੀ ਲਾ ਕੇ ਸਮਾਪਤੀ ਕਰਦੇ ਹਾਂ ਅਤੇ ਉਸ ਤੋਂ ਜਿਹੜਾ ਅਗਲਾ ਸਮਾਂ ਹੈ ਉਹ ਪ੍ਰਬੰਧਕਾਂ ਤੋਂ ਆਪ ਜੀ ਨੇ ਸਰਵਣ ਕਰਨਾ ਹੈ
واحد جيكا